ਹਨੇਰਾ ਹੋ ਗਿਆ ਵਾਹਵਾ ਅਤੇ ਟਾਈਮ ਵੀ ਹੋ ਗਿਆ ਵਾਹਵਾ ਅਤੇ ਅੱਜ ਇੱਧਰ ਹੀ ਮਹਿਫਲ ਲਾਈ ਹੋਈ ਹੈ ਕਮਰੇ 'ਚ ਥੱਲੇ ਗੱਦੇ ਵਿਛਾਏ ਹੋਏ ਆ ਅਤੇ ਲਾਡੀ ਭਾਅ ਜੀ ਹੋਣੀ ਪਾਣੀ ਪੀ ਰਹੇ ਬਾਕੀ ਹੁਣ ਗੱਲਾਂ ਬਾਤਾਂ ਚੱਲਣੀਆਂ ਸਾਲਿਆ ਜਦ ਪੁੜੀ ਇੱਥੇ ਪਈ ਦੇਖ ਲਈ ਲੋਕਾਂ ਨੇ ਤਾਂ ਹੁਣ ਤੇਰੇ ਬੁੱਲਾਂ 'ਚ ਜਾਂਦੀ ਸੀ ਤੈਨੂੰ ਕੀ ਸ਼ਰਮ ਹੈ ਸਾਲਾ ਕੈਮਰੇ ਨੂੰ ਮੂੰਹ ਕਰਕੇ ਲਾਉਣ ਡਿਆ ਉਧਰ ਲੈ ਨੂੰ ਪੈਦਰ ਲੈ ਜੀ ਲਾ ਲਾ ਬਸ ਸੁੱਤੇ ਤੁਸੀਂ ਤਾਂ ਹੁਣ ਨੀਂਦ ਆ ਰਹੀ ਹੈ ਭਾਜੀ ਇੰਨੀ ਤਾਂ ਡੱਫ ਲਈ ਆ ਮੈਂ ਤਾਂ ਨੀ ਪੀਤੀ ਸੌਂ ਖਾ ਲਾ ਹਾਂ ਤੁਸੀਂ ਇਹਨਾਂ ਨੇ ਉਹ ਵੀ ਨੀ ਪੀਤੀ ਮੁੱਕਰ ਗਿਆ ਸਾਲਾ ਨਹੀਂ ਪੀਤੀ ਯਾਰ ਬੁੱਲ ਭਰੀ ਫਿਰਦਾ ਇਹੀ ਬਸ ਇਹੀ ਇਹੀ ਆ ਜੋ ਵੀ ਆ ਚੱਲ ਮਜ਼ਾਕ ਕਰਦੇ ਲਾਡੀ ਭਾ ਹੁਣ ਕੀ ਕਰੀਏ ਸਹੀ ਗੱਲ ਆ ਤੂੰ ਤਾਂ ਬੇਸ਼ਰਮੀ ਆ ਭਾਜੀ ਵਧੀਆ ਨੰਦੂ ਮੁੱਕਰ ਹੀ ਗਿਆ ਖੜੇ ਪੈਰ ਨੰਦੂ ਖੜੇ ਪੈਰ ਨਹੀਂ ਮੁੱਕਰ ਗਿਆ ਜਿਹੜਾ ਨੰਦੂ ਦਾ ਜਿਦਾ ਤੇਰਾ ਪਤਾ ਲੱਗਦਾ ਨਾ ਭਾਜੀ ਨੰਦੂ ਦਾ ਜਮਾ ਨੀ ਪਤਾ ਲੱਗਦਾ ਮਜ਼ਾਕ ਕਰਦੇ ਆ ਜੇ ਨਹੀਂ ਪੀਤੀ ਨਹੀਂ ਮਜ਼ਾਕ ਕਰਦਾ ਆ ਦੇਖੋ ਆ ਹਾਲਤ ਇਹਦੀ ਹਾਲਤ ਦੇਖੋ ਉਹਦੀ ਹਾਲਤ ਦੇਖੋ ਪੀਤੀ ਕਿਹਦੀ ਲੱਗ ਹੈ ਤੁਹਾਡੀ ਮੂਹਰੇ ਚੱਲਦੀ ਸਾਡੀ ਗਾੜੀ ਚੱਲਦੀ ਆ ਕੀ ਤੁਸੀਂ ਮੂਹਰੇ ਕਹਿੰਦੇ ਅਸੀਂ ਗਾੜੀ ਕਹਿੰਦੇ ਆ ਆਹੋ ਆਈ ਕਹਿੰਦੇ ਆ ਮੂਰੇ ਇਹ ਕਹਿੰਦੇ ਗਾੜੀ ਹੋਰ ਫਿਰ ਕੋਈ ਗੱਲਬਾਤ ਸੁਣਾ ਭਾਜੀ ਗੱਲਬਾਤ ਨੂੰ ਸਵੇਰੇ ਸੁਣਾਵਾਂਗੇ ਨੀਂਦ ਬੜੀ ਗਿਆ 1 ਵਜ ਗਿਆ 1 ਵਜ ਗਿਆ ਟਾਈਮ ਦੇ ਖਾਤਰ ਮੇਰੀ ਘੜੀ ਘੁੜੀ ਜੀ ਬੰਦ ਹੋ ਗਈ ਫੋਨ ਮੇਰੇ 'ਚ ਵੀਡੀਓ ਬਣ ਰਹੀ ਜ਼ਿਆਦਾ ਟਾਈਮ ਸਾਰਿਆਂ ਚ ਸੇਮ ਜਿਹਾ ਹੁਣ ਤੂੰ ਇੰਨੇ ਪੈਸੇ ਤੂੰ ਕਰਨੇ ਕੀ ਆ ਜੇ ਫੋਨ ਨਹੀਂ ਟੋਪ ਦਾ ਰੱਖਣਾ ਐਡਵਾਂਸ ਚੱਲਦਾ 9 ਮਿੰਟ ਹੋਏ ਤੁਹਾਡੇ 2 ਮਿੰਟ ਹੋਏ ਇਹ ਵੀ ਗੱਲ ਸਹੀ ਆ ਸਹੀ ਗੱਲ ਸਹੀ ਗੱਲ ਹੈ ਸਹੀ ਗੱਲ ਸੋਰੀ ਭਾਜੀ ਭਾਜੀ ਕਿਹੜੇ ਹੁੰਦੇ ਗਲਤੀ ਹੋ ਗਈ ਭਾਜੀ ਦੁਨੀਆ ਨੂੰ ਦੇਖਦੇ ਹੁੰਦੇ ਆ ਤੁਸੀਂ ਦੱਸ ਤਾਂ ਵਿਗਿਆਨੀ ਕੀ ਕਿਹੜੇ 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 ਹੁੰਦੇ ਕੀ ਹੁੰਦੇ ਆ ਨਹੀਂ ਦੱਸ ਦੇ ਅੱਜ ਹੀ ਦੱਸਣਾ ਆਪਾਂ 10 ਉੱਠ ਗਿਆ ਆਪਾਂ ਹੁਣ ਦੱਸ ਦੇ ਕੀ ਹੁੰਦੇ ਦੱਸ ਤਾਂ ਸਹੀ ਨੰਦੂ ਕੀ ਹੁੰਦੇ ਵਿਗਿਆਨਿਕ ਕੌਣ ਛੋਟੇ ਭਰਾ ਜਿਹੜੇ ਗਾਂਹ ਲੰਘ ਗਏ ਵੱਡੇ ਭਾਵੇਂ ਸੋ ਜਾਣ ਅੱਖਾਂ ਬੰਦ ਛੋਟੇ ਦੀਆਂ ਅੱਖਾਂ ਨੀ ਬੰਦ ਹੋਣ ਡੀਆਂ ਇਹਦੀਆਂ ਪੀ ਕੇ ਖੁੱਲਣ ਡੀਆਂ ਹਮੇ ਕਹਿੰਦੇ ਬਿੰਦੇ ਦੀਆਂ ਬੰਦ ਹੋ ਗਈਆਂ ਦੋਨਾਂ ਦੀਆਂ ਤੁਹਾਨੂੰ ਦੋਨਾਂ ਨੂੰ ਸੈੱਟਤਾ ਮਤਲਬ ਇਹ ਸੈੱਟ ਵੇਖ ਬੈਠਾ ਹੀ ਅਜੇ ਨੰਦੂ ਦੱਸ ਯਾਰ
ਮੇਰੀ ਗੱਲ ਤਾਂ ਸੁਣ, ਬੁੱਢਿਆਂ ਨੂੰ ਸੈੱਟ ਲਿਆ ਅਗਲੇ ਨੇ, ਚਲੋ ਦਾੜੀ ਤੂੰ ਕਾਲੀ ਕਰ ਦੇ, ਹੋਰ ਤਾਂ ਕੋਈ ਦੱਸ ਮੈਨੂੰ ਦੱਸ ਸਾਲਿਆ, ਦਾੜੀ ਨੂੰ ਰੰਗ ਲਾਉਂਦੇ ਲਾਉਂਦੇ ਨੇ ਆਪਣੇ, ਸਾਰੀਆਂ ਗੱਲਾਂ ਵੀ ਤੂੰ ਕਾਲੀਆਂ ਕੀਤੀਆਂ, ਮੈਂ ਮਜ਼ਾਕ ਕਰਦਾ ਭਾਜੀ, ਇੰਨਾ ਗੁੱਸਾ ਕਰ ਗਿਆ ਉੱਠ ਕੇ ਬਹਿ ਗਿਆ, ਕਹਿੰਦਾ ਆ ਜਾ ਉਹ ਤੈਨੂੰ ਦਿਖਾਉਣਾ, ਕਹਿੰਦਾ ਪਾਣੀ ਲਾ ਕੇ ਕਿ ਰੰਗ ਲੈਂਦਾ ਕਿ ਨਹੀਂ ਲੈਂਦਾ, ਭਰਾਵਾ ਮਜ਼ਾਕ ਕਰਦਾ ਆ ਤੂੰ ਤਾਂ ਸੀਰੀਅਸ ਲੈ ਗਿਆ, ਫਿਰ ਰੰਗ ਇੰਨਾ ਮੈਨੂੰ ਸੀਰੀਅਸ ਹੀ ਹੁੰਦਾ ਬੰਦਾ ਹਰ ਕੋਈ, ਜਦੋਂ ਬੁੱਢਾ ਕਹਿ ਦੇ ਕੋਈ ਰੰਗ ਲਾਉਂਦਾ, ਉਹ ਯਾਰ ਮੈਂ ਵੀ ਬੁੱਢਾ ਹੀ ਆ, ਦਾੜੀ ਚਿੱਟੀ ਨੀ ਕਾਲੀ ਨੀ ਕਰ ਤੂੰ ਕਰਦਾ, ਇੱਕ ਥੋੜਾ ਜਿਆਦਾ ਛੋਟਾ ਆ, ਇੰਨਾ ਪਹਿਲਾਂ ਨਾੜ ਲਾ, ਅੱਛਾ ਨਹੀਂ ਕਾਕਾ ਛੋਟਾ ਜਿਹਾ, ਤਿੰਨਾਂ ਚਾਰਾਂ ਸਾਲਾਂ ਦਾ ਫਰਕ ਹੈਗਾ ਯਾਰ, ਚੋਰੇ ਨੂੰ ਸਾਲ ਕੀ ਵੱਡਾ ਤੂੰ, ਯਾਰ ਮੇਰੀ ਗੱਲ ਸੁਣ ਲਾ ਭਾਜੀ, ਲਾਉਣੀਆਂ ਲਾਈ ਜਾਈ, ਹੋਰ ਨਾ ਕਿਤੇ ਰਾਤ ਨੂੰ ਕੱਢ ਕੱਢ ਸਾਡੇ ਮੂੰਹ ਵੱਲ ਸਿੱਟੀ ਜਾਈ, ਠੀਕ ਆ, ਸਵੇਰੇ ਆਈ ਉੱਠੀ ਆ ਸਾਡੇ ਬੁੱਲਾਂ ਨਾ ਕਦੀ ਗੱਲ ਨਾ ਚਿੰਬੜੀਆਂ, ਤੂੰ ਲਾ ਲਾ ਭਾਜੀ ਕੋਈ ਚੱਕਰ ਨੀ ਗਾ, ਹੋਰ ਗੱਲ ਉਹ ਬਾਲ ਬੜੇ ਵਧੀਆ ਕੱਟੇ, ਕਿਹੜੇ ਨਾਈ ਤੋਂ ਕਟਾਇਆ, ਦਾੜੀ ਨੂੰ ਤਾਂ ਰੰਗ ਉਹਨੇ ਆਪ ਹੀ ਕੀਤਾ, ਕਹਿੰਦਾ ਅੱਜ ਹੀ ਦੱਸਦਾ ਸੀ, ਕਹਿੰਦਾ ਦਾੜੀ ਨੂੰ ਕਹਿੰਦਾ ਐਵੇਂ ਰੰਗ ਲਾਉਂਦੇ ਰਹਿੰਦੇ, ਕਹਿੰਦਾ ਮੈਂ ਤਾਂ ਜੈਲ ਜੀ ਲਾਉਣਾ, ਜਦੋਂ ਬੁੱਢੇ ਸਾਰੀ ਬੁੱਢੇ ਤਾਂ ਹੋ ਗਏ, ਜਦੋਂ ਚਿੱਟੀ ਹੋ ਗਈ, ਨਹੀਂ ਆਈ ਭਾਜੀ ਹਲੇ ਦਾੜੀ ਸੁੱਖ ਨਾ, ਪਰ ਭਾਜੀ ਇੱਕ ਗੱਲ ਕਹਾਂ, ਜਿੱਦਾਂ ਇੱਦਾਂ ਪਰਸਨੈਲਿਟੀ ਕਈ ਵਾਰ ਘੈਂਟ ਲੱਗਦੀ, ਸਾਰੀ ਚਿੱਟੀ ਰੱਖ ਕੇ ਦੇਖਦਾ ਉਹਦਾ, ਜਿੰਨਾ ਕੁ ਤੂੰ ਬੁੱਢਾ ਆ ਤੂੰ ਸਾਰੀ ਐਵੇਂ ਖਿਜੀ ਜਾਂਦਾ, ਐਵੇਂ ਖਿਜੀ ਜਾਂਦਾ, ਐਵੇਂ ਖਿਜੀ ਐਵੇਂ ਜਾਂਦਾ ਯਾਰ, ਯਾਰ ਭਾਜੀ ਖਿੱਚਦਾ ਉਹ ਕਿੰਨੀਆਂ ਕਧਾਉਂਦਾ ਭਾਜੀ, ਚੱਲ ਠੀਕ ਹੈ, ਮੈਂ ਬੰਦੇ ਦੇਖੇ ਇੱਕ ਦੋ ਤਿੰਨ ਚਾਰ, ਤੂੰ ਕਿੰਨੀ ਤੂੰ ਕਿੰਨੀਆਂ ਗੱਲਾਂ ਆਈਆਂ, ਬੁੱਲ ਪਾੜ ਜਾਣੇ ਤੇਰੇ, ਤੇਰੀਆਂ ਬਰਾਚਾਂ ਪਾੜ ਜਾਣੀਆਂ ਭਾਜੀ, ਤੇਰੇ ਦੰਦ ਨਿਕਲ ਜਾਣੇ ਭਾਜੀ, ਅੱਗੇ ਦਾੜੀ ਕਾਲੀ ਕਰਦਾ ਫਿਰ ਦੰਦ ਲਵਾਉਣੇ ਪੈਣੇ, ਦਾੜੀ ਕਾਲੀ ਨੀ ਕਰਨੀ, ਇੰਨੀ ਗੱਲ ਤੇ ਬਹੁਤ ਕਹਿੰਦਾ ਨੰਦੂ, ਦਾੜੀ ਕਾਲੀ ਤੇ ਯਾਰ, ਨੰਦੂ ਦੱਸ ਦਾੜੀ ਦੇ ਨਾਲ ਸੈਡਾਂ ਵੀ ਕਾਲੀਆਂ ਆਉਂਦੀਆਂ, ਹੁਣ ਮੇਰੀ ਬੇਇੱਜ਼ਤੀ ਵੀਡੀਓ ਚ ਕਰਦੇ, ਹੁਣ ਬਣਾ ਬਣਾ ਕੇ ਸਾਲਿਓ, ਸੌਣ ਤੋਂ ਡੇਢ ਵੱਜ ਗਿਆ, ਹੁਣ ਨੰਦੂ ਆਇਆ ਨੀ ਮੈਸੇਜ,
ਸਤਿ ਸ਼੍ਰੀ ਅਕਾਲ ਪੰਜਾਬੀਓ, ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਸ਼ੇਰਗਿੱਲ ਔਰ ਆਰ ਵੀ ਸ਼ੇਰਗਿੱਲ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ ਜਿਹਦਾ ਨਾਮ ਹੈ 0300 ਵਾਲੇ। ਅਤੇ ਪਹਿਲੋਂ ਆਪਾਂ ਜਾਣਾ ਅੱਜ, ਪਹਿਲੋਂ ਤੁਹਾਨੂੰ ਜਿੱਦਾਂ ਕਿ ਪਤਾ ਆ, ਇਹ ਆਪਣਾ ਜਦੋਂ ਆਪਾਂ ਘਰੋਂ ਨਿਕਲਣਾ ਆ ਅਤੇ ਉਦੋਂ ਬਾਅਦ 'ਚ ਇੱਕ ਗਾਣਾ ਆਉਂਦਾ ਹੁੰਦਾ, ਘਰੋਂ ਨਿਕਲਾਂ ਤਾਂ ਗੁਰੂ ਘਰੇ ਪਹਿਲਾਂ ਆ ਸਟਾਪ, ਪਹਿਲਾਂ ਗੁਰੂ ਘਰੇ ਸਟਾਪ ਲੈ ਲਈਏ ਅਤੇ ਮੱਥਾ ਟੇਕ ਲਈਏ, ਕਰੋ ਬਾਬਾ ਜੀ ਦੇ ਦਰਸ਼ਨ, ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੰਮੀਆਂ ਉਮਰਾਂ ਬਖਸ਼ੇ। ਇਦੋਂ ਬਾਅਦ ਜਾਣਾ ਆਪਾਂ ਸਦਰ ਥਾਣੇ ਜਮਸ਼ੀ। ਚਲੋ ਭਾਈ, ਮੈਂ ਤੈਨੂੰ ਮੁੰਡੇ ਕਹਿੰਦੇ ਨਾ ਪਾਉਣਾ। ਹਾਂ, ਆਏ ਨਾ ਫੋਨ। ਕਿਹੜਾ ਭਲਾ? ਕਿਹਦੇ ਥਾਰ ਕੱਟੀਆਂ ਸੀ ਅਸੀਂ ਪਾਣੀਆਂ? ਆਹੋ ਆਹੋ ਆਹੋ, ਮਜ਼ਾ ਉਹ ਕੱਦੂ ਕਰਾਂਗੇ ਉੱਥੇ ਉੱਥੇ ਅਲੀ ਬਾਰ। ਹਾਂ ਦੇਖੋ ਜੀ, ਆਹੀ ਭਾਜੀ ਆ ਜਿਹੜੇ ਸਾਨੂੰ ਗਲਤ ਪਾਸੇ ਤੋਰਦੇ, ਕਹਿੰਦੇ ਕੱਦੂ ਜੀ ਗੱਡੀਆਂ ਪਾੜ ਕੇ ਨੁਕਸਾਨ ਕਰਦੇ। ਤੇਰੇ ਨਾਂ ਤੇ ਲਾਤਾ ਭਾਜੀ। ਨਹੀਂ ਭਾਜੀ ਨਹੀਂ ਕਿ ਉੱਥੇ ਮੈਂ ਕੱਦੂ ਕਰਨ ਲੱਗਾ। ਜਾ ਸ਼ੁਰੂ ਤੋਂ ਆਦਤ ਆ ਇਹਨਾਂ ਨੇ ਗੱਲ ਕਰਨੀ, ਚਪੇੜ ਮਾਰ ਕੇ ਕਰਨੀ, ਗਿੱਚੀ ਚ ਛੱਡ ਦਿੰਦੇ ਕਦੀ ਕਿਤੇ। ਚਲੋ ਵੱਡੇ ਆ, ਕਦੀ ਮੁੱਕਾ ਮੋਟੇ ਤੇ ਕਦੀ ਜੀ ਘਰ ਦਾ ਸਾਰਾ ਗੁੱਸਾ ਕੱਢ ਦਿੰਦੇ, ਦੋ ਮਿੰਟ ਪਤਾ ਵੀ ਨੀ ਲੱਗਦਾ। ਅੱਜ ਮੇਰੇ ਵੱਲ ਨਹੀਂ ਹੋਇਆ, ਅੱਜ ਨੰਦੂ ਵੱਲ ਹੋ ਗਿਆ। ਨੰਦੂ ਵਾਲੇ ਨੇ ਕੈਮਰਾ ਚੱਕ ਲਿਆ, ਕਹਿੰਦਾ ਭਾਜੀ ਮੈਂ ਕੈਮਰੇ ਤੇ ਗੱਲ ਕਰਨੀ ਕਾਰ ਹੁਣ। ਸਤਿ ਸ਼੍ਰੀ ਅਕਾਲ ਬੁਲਾ ਦਿਓ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਜੀ, ਮੇਰੇ ਨੰਦੂ ਵਾਲਾ ਹੈ ਕੈਮਰੇ ਮੇਰੇ ਸਾਰੇ ਘਰ ਫਿਰਦੇ ਆ ਮੈਂ ਲਾਇਆ ਸਾਹਿਬ। ਹਾਂ ਬੰਦਾ ਜੀ, ਇਹ ਨੰਦੂ ਵਾਲਾ ਇੰਗਲਿਸ਼ ਜਾਈ ਜਾਣਦਾ ਨਾ, ਇੰਗਲਿਸ਼ ਜਿਆਦੀ। ਹੋਰ ਨੰਦੂ, ਇੰਗਲਿਸ਼ ਤੇ ਜਿਆਦਾ ਮਸ਼ਹੂਰੀ ਆ ਨਾ, ਕਿਤੇ ਇੰਗਲਿਸ਼ ਬਹੁਤ ਜਾ ਪਾਰੀ ਕਰੀ ਆਪਾਂ ਇੰਗਲਿਸ਼ ਚ ਗੱਲ। ਨਹੀਂ ਨੰਦੂ, ਤੂੰ ਪਹਿਲਾਂ ਸ਼ੁਰੂ ਬੋ ਕਰ। ਹਾਏ ਹਾਏ ਹਾਏ, ਤਾਂ ਅੱਗੇ ਮੈਂ ਉਹ ਨਹੀਂ ਨੰਦੂ ਨੂੰ ਵੀ ਦੱਸਦੀ ਹਾਏ ਕਹਿੰਦਾ। ਹਾਉ ਆਰ ਯੂ? ਹਾਉ ਆਰ ਯੂ ਗਾਇਸ? ਇਹਦਾ ਕੋ ਫਾਈਨ ਨਾ ਹੈ ਮੈਨੂੰ ਬੋਲ ਦੇ ਨਾ ਸਰ ਕਰ ਮੇਰਾ ਮੇਰ ਨਾ ਕਰ। ਉੱਥੇ ਖੜਾ ਆ ਹੁਣ, ਹੋ ਗਿਆ ਰੈਡੀ? ਠੀਕ ਹੈ ਠੀਕ ਹੈ, ਚਲੋ ਦੁਕਾਨ ਤੋਂ ਸਬਰ ਵਾਲੀ ਆ ਗਈ ਪਿੱਛੇ ਆ ਗਾ ਬਾਸ਼ਾ ਦੀ। ਓਕੇ, ਫਿਰ ਆਪਾਂ ਬੈਗ ਮੋੜੀਏ ਨਾ। ਹਾਂ ਬਰ ਜਾ ਉੱਥੇ, ਅੱਜ ਤਾਂ ਗੱਡੀ ਖੜੀ ਆ। ਅੱਛਾ, ਮੋੜ ਲਵਾਂ ਤਾਂ ਭਾਜੀ ਨੂੰ ਲਾਉਣਾ ਹੀ ਇੱਥੇ, ਤੇ ਦੇਖ ਲਾ ਭਾਜੀ ਨੇ ਟਰੈਕਟਰ ਵੀ ਉੱਥੇ ਜੌਨ ਡੀਅਰ ਖੜਾ ਕੀਤਾ, ਤੇ ਫੋਟੋ ਵੀ ਜੌਨ ਡੀਅਰ ਦੀ ਹੀ ਬਣੀ ਹੋਈ ਹੈ। ਲੈ ਭਾਜੀ, ਜੌਨ ਡੀਅਰ ਦਾ ਤਾਂ ਨਹੀਂ ਕੰਮ ਕਰਦਾ ਭਾਜੀ, ਇਹਨੇ ਤਾਂ ਨਾ ਕਰਦਾ ਸਾਰਿਆਂ ਦਾ ਕਰਨਾ ਨੂੰ ਤਾਂ ਤੂੰ ਵੀ ਨਾ ਸਿਰੇ ਹੀ ਲਾ ਦਿੰਦਾ। ਮਿੰਟ ਕਿੱਥੇ ਜੀ ਮਾਰਦਾ ਭਾਜੀ, ਭਾਜੀ ਇੰਨਾ ਵੱਡੇ ਚਰਾ ਕਰਦਾ। ਪੂਰੀ ਉਹਦੇ ਜਾਨ ਪੂਰੀ ਕੱਢੀ ਹੋਈ ਆ ਜਦੋਂ ਦਾ, ਪਰ ਵਧੀਆ ਲੱਕੀ ਆ ਭਾਜੀ ਟਰੈਕਟਰ ਹੈ ਨਾ। ਚੱਲ ਭਾਜੀ ਚੰਗਾ ਵਿਆਹ। ਓਕੇ ਭਾਜੀ, ਇਹਦੇ ਸਪੀਕਰ ਸਪਾਕਰ ਜੇ ਮਾੜੇ ਜੇ ਉਹਦੇ ਦੁੰਮ ਚਿਕ ਦੁੰਮ। ਆਹ ਸਾਡੇ ਮੁੰਡੇ ਕਹਿੰਦੇ ਹਟ ਕੋਈ ਨਹੀਂ ਇਦਾਂ। ਚੱਲ ਭਾਜੀ ਨੂੰ ਦਿੱਤਾ ਲਾ, ਤੇ ਗੱਲ ਮੈਂ ਇਹ ਕਰਦਾ, ਜਦੋਂ ਭਾਜੀ ਸੀਗਾ ਤੇ ਭਾਜੀ ਦਾ ਵੱਡਾ ਭਰਾ, ਤੇ ਉਹ ਦੋਨੇ ਸੀਗੇ ਭਾਜੀ ਹੁਣ ਜਾਣ ਡਿਆ, ਇਹਨਾਂ ਨੇ ਰੋਕਿਆ ਮੋਟਰਸਾਈਕਲ ਦੇ ਹੱਥ ਦਿੱਤਾ, ਤੇ ਨੰਦੂ ਐਨ ਰਿਲੈਕਸ ਹੋ ਕੇ ਇੱਦਾਂ ਬੈਠਾ ਸੀ। ਇਹ ਭਾਜੀ ਹੁਣ ਨੂੰ ਆਦਤ ਆ ਇੱਦਾਂ ਮਾਰ ਦੇਣੀ, ਨੰਦੂ ਨੂੰ ਪਤਾ ਵੀ ਨਹੀਂ। ਨੰਦੂ ਦੇ ਪਿਆ ਪਟਾਕਾ ਜਿਹਾ ਆਇਆ, ਨੰਦੂ ਕਚੀਚੀ ਜੀ ਲੈਣ ਡਿਆ ਸੀ ਨੰਦੂ ਨੂੰ, ਮੈਂ ਕਿਹਾ ਨਹੀਂ ਇੱਦਾਂ ਨੀ। ਭਾਜੀ ਉਹਨਾਂ ਨੂੰ ਬਹੁਤ ਆਦਤ ਆ, ਭਾਜੀ ਹੱਥ ਮਾੜਾ ਇੱਦਾਂ ਮਾਰ ਦਿੰਦੇ। ਇਹ ਕਰ ਮੈਂ ਮੁੰਡਿਆਂ 'ਚ ਖੜਾ, ਮੈਂ ਤੈਨੂੰ ਦੱਸਦਾ, ਭਾਜੀ ਆਇਆ ਦੂਜਾ ਵੱਡਾ ਪਿੱਛੇ, ਉਹਨੇ ਮੇਰੇ ਗਿੱਚੀ 'ਚ ਹੁਣ ਵੀ ਗਿੱਚੀ 'ਚ ਮਾਰੀ ਪਤਾ ਨਹੀਂ ਛੱਡੀ, ਤੇ ਮੈਂ ਕਿਹਾ ਮੇਰੇ ਅੱਖਾਂ 'ਚੋਂ ਹੰਝੂ 'ਚ ਆ ਗਿਆ ਮੁੰਡਿਆਂ 'ਚ ਖੜੇ ਸੀ ਇੱਦਾਂ ਇੱਦਾਂ। ਤੇ ਮੈਂ ਕਿਹਾ ਭਾਜੀ ਯਾਰ ਖੜੇ ਬੜੇ ਦੇਖ ਤਾਂ ਲਿਆ ਯਾਰ, ਕਿਤੇ ਖੜੇ ਆ ਉਹ ਤੁਹਾਡਾ ਗੂੰਹ ਚੱਕੇ ਸਾਲਿਓ, ਉਹ ਤੁਹਾਡੇ ਨੂੰ ਚੱਕਦੇ ਨੇ ਛੱਡਣ ਦੇ ਸਾਲਿਓ, ਤੁਹਾਡਾ ਗੂੰਹ ਚੱਕਦੇ ਨੇ ਇਹ ਕਹਿ ਕੇ ਕਿ ਭਾਜੀ ਚੰਡਾ ਹੀ ਛੱਡਦੇ ਰਹਿੰਦੇ ਭੈਣ 'ਚ, ਉਹ ਜਣ ਚੜਦੇ ਅੱਜ ਨਿੰਦੂ ਤੇ ਪੈ ਗਈ ਹੈ। ਚਲੋ ਹੁਣ ਆਪਾਂ ਮਾੜਾ ਕਰ ਲਈਏ ਸਦਰ ਜਾਣਾ, ਫੇਰ ਕਰ ਦਾਂਗੇ। ਇਹ ਸਾਡੇ ਪੰਚ ਸਾਹਿਬ, ਪੰਚ ਸਾਹਿਬ ਸਤਿ ਸ਼੍ਰੀ ਅਕਾਲ ਕਰ ਸਤਿ ਸ਼੍ਰੀ ਅਕਾਲ ਜੀ। ਚਲੋ ਮਿਲਦੇ ਹਾਂ ਹੁਣ ਮਾੜਾ, ਸਦਰ ਤਾਂ ਤੁਹਾਨੂੰ ਪਤਾ ਉੱਥੇ ਤਾਂ ਵੀਡੀਓ ਬਣਾਉਣੀ ਨੀ, ਤੇ ਉੱਥੇ ਮਾੜਾ ਮਿਲ ਮੁੜ ਕੇ ਸਾਹਿਬ ਹੋਣਾ ਨੂੰ, ਤੇ ਬਾਅਦ ਚ ਗੱਲ ਕਰਾਂਗੇ। ਚਲੋ
अपना सदर फतेह हो गया हुण फिर पिंड जाना है यार बहुत काम काम ही साले इन्ने है ना बाकी यार काम पेंदे थाने कचहरियां च होर किते कम्मे नहीं पेंदे माड़ा मोटा बड़ा जरूरी काम सगा चक्कर जा माड़ा क थोड़ा जा ही इन्ना क ते तां करके इधर आए सगे चलो वाहेगुरु दी मेहर नाल सुख सांद ही आ ते बाकी हुण आपां जाणा आ नंदू किथे जाणा भला आपां भाजी जो कप चाह अंदर गया यार जलंधर अखा तान हो जानी चाह अंदर यार अखा मेरी नाल इन इन एडिया एडिया सी इन इन हो जानी हरेक ब्लॉग थले रजिया उठ के खांदे होना ना पर गल कर खाना है हां तेरा पे दे के जांदा ना खाना है जे तैनू लगदा खाना अपने पैसे का खाना जो खाना ठीक है ते बाकी किसी नूं माड़े माड़े कम्मे नहीं लाउण दिया ठीक है मैं बहुत कैमरिया के मोहरे कढ़ के तेरे खा के नहीं दिखाई जिहड़ी पूरा एन कॉन्फिडेंटली कहण दिया खाना 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 सड़ा खाण दा ओह फिर मैं तुहानूं पता बड़ा मत्था मारिया नहीं जांदा इदां दा आपां हाइड कर दईदा यूजर जिहड़ा कदी अपने ब्लॉगां च आ वी ना जे कोई गलत कमेंट ओनू कोई चक्कर नहीं सीधा ब्लॉक भैन चो थोड़े जे बंदे ना की फर्क पैना जिहड़े काम जिन्होंने यही पुट्टियां सीधियां गल्लां करनियां उन्हां नूं लैणा ही की आ ते लो भाई चाह हो गई डन ते हुण फिर शहर दा गेड़ा आया चलिए उन्हां तुसीं जी ते गड्डी खड़ी कर जांदे सी मोड़ ते हैलो ओए कुआले हैलो हैलो किद्दां फिर मुनीराम कैसे हो ठीक है सर क्या कर रहे हो जा रहे हैं कहाँ जा रहे हो आटा पिसवाने कैसे पिसेगा कैसे पिसा डेमो पिसेगा कैसे मतलब मशीन कैसे करती है मशीन कैसे करती है वो तो मशीन वाले को पता होगा सर तुम्हें नहीं पता नहीं पता है क्यों नहीं पता मेरा भाई पता करो गलत आटा ना पीस रहा हो सही है पता करो लेना ठीक है ठीक है क्या पता करोगे वह पता करेंगे आटा कैसे पिसाता है क्या पूछोगे पूछेंगे आटा कैसे पीसते हो कैसे पूछोगे कैसे पूछेंगे मुंह से पूछेंगे और कैसे पूछेंगे मुंह कौन से यही वाले से हाथ में क्या गुस्सा तो नहीं करता मजाक कर दे खशाक अमरूद तो नजारे ले तंग उदा कर दे कित्थों आ तू हेलो तो कर दे सत श्री अकाल तू बोल सत श्री अकाल आ तेरे सदके लो चले तो शहर होर काम सी जानू सरदार साहब का फोन आ गया कि मैं इत्थे हाँ कि मैनू लैके खूह ते गेड़ी लवा के ले जाओ तो मैं कहा सरदार साहब काम आ जाना आ बट तुहानू लैके जाके घरे चल जाओ तुसीं थोड़े चिर तक गेड़ा लवा लिओ ने खूह ते फिर उन्होंने गालां कढ़ियां दो चार बिना गलों कढ़ियां कोई मतलब नहीं ही बनिया मैं तो यही कही काम आ मैनू फोन आ गया पिछों सरकारी काम आ थोड़ा जिहा ते नहीं मन्ने भाजी कोल कल्ले ही बैठे मतलब शहर
ਚੱਲ ਮੜਾ ਕੁੰਡਾ ਲਾ ਦੇ ਨੰਦੂ ਸ਼ਾਹ ਜੀ ਹੈ ਆਪਾਂ ਕੁੰਡਾ ਲਾ ਕੇ ਜਾਈਏ ਹੋਰ ਮਿੱਤਰੋ ਘੁੰਮ ਘੁੰਮਾ ਕੇ ਕਿੱਥੇ ਆ ਗਿਆ ਆਪਾਂ ਜਲੰਧਰ ਹਾਈਟ ਟੂ ਕਹਿੰਦੇ ਮਿੱਤਰੋ ਜਲੰਧਰ ਹਾਈਟ ਟੂ ਪਿੰਡ ਫੁੱਲੜੀ ਆਲ ਫੁੱਲੜੀ ਵਾਲ ਨੋਟ ਆਲ ਮੇਰੇ ਮੂੰਹ 'ਚ ਫੁੱਲੜੀ ਆਲ ਹੀ ਨਿਕਲਣਾ ਜਿੰਨੀ ਵਾਰ ਵੀ ਕਹੂੰਗਾ ਅਤੇ ਇਹਦਾ ਗੇਟ ਨਿਕਲਦੇ ਸਾਰੀ ਆਪਣੀ ਆ ਜਾਣੀ ਆ ਬਟੀਕ ਅਤੇ ਆਪਾਂ ਥੋੜ੍ਹਾ ਚਿਰ ਉੱਥੇ ਰੁਕਣਾ ਆ ਸਟੇ ਆ ਥੋੜ੍ਹੇ ਚਿਰ ਦਾ ਵੇਟ ਪਹੁੰਚ ਗਏ ਬਸ ਉੱਥੇ ਗੱਡੀ ਲਾ ਲੈਂਦੇ ਹਾਂ ਅਤੇ ਉਹ ਬਟੀਕ ਆ ਸਾਹਮਣੇ ਮਾਡਲ ਟਾਊਨ ਮਾਰਕੀਟ ਪਿੱਛੇ ਰਹਿ ਗਈ ਸਾਰੀ ਚਲੋ ਚੌਂਕ 'ਚ ਖੜ੍ਹੇ ਹਾਂ ਮਾਰਕੀਟ ਹੀ ਮਾਰਕੀਟ ਆ ਸਾਰੇ ਪਾਸੇ ਅਤੇ ਪਾਰਕਿੰਗ ਆ ਅਤੇ ਇੱਥੇ ਆਪਣੇ ਜੀਡੀ ਭਾਜੀ ਦੀ ਦੁਕਾਨ ਹੈ ਇੱਧਰ ਨੂੰ ਜਾ ਕੇ ਇੱਧਰ ਨੂੰ ਜੀਡੀ ਭਾਜੀ ਸ਼ੋਪ ਮਿਲੇਗੀ ਚਾਹ ਪੀਏਗੀ ਚਲੋ 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 ਚੱਲੀ ਜੀ ਬੈਠੇ ਮਾੜਾ ਗੱਡੀ ਸਿੱਧੀ ਕਰਕੇ ਲਾ ਦੇਈਓ ਵੈਗਨਰ ਵਾਲੇ ਨੇ ਜੇ ਗੱਡੀ ਚੱਲ ਜਾਣਾ ਉਹਨੇ ਆਪਾਂ ਨੂੰ ਨਹੀਂ ਵੈਗਨਰ ਵਾਲੇ ਦੀ ਬੜੀ ਵਧੀਆ ਨਿਕਲਣੀ ਆ ਉਧਰ ਨੂੰ ਜਗ੍ਹਾ ਹੈ ਕਿ ਉਹਨੇ ਲਾਈ ਭਾਜੀ ਬਹੁਤ ਗਲਤ ਹੈ ਵੈਗਨਰ ਆ ਜਦੋਂ ਵੈਗਨਰ ਬਹੁਤ ਕਸੂਤੀ ਲੱਗੀ ਆ ਆ ਉਹ ਬੈਕ ਕਰਕੇ ਐਨੂੰ ਕਰਕੇ ਕੱਢ ਲਊਗਾ ਤੇ ਮੈਂ ਵੀ ਇੱਥੇ ਹਾਂ ਲਾਈ ਦੇਖੋ ਕਿੱਦਾਂ ਹੈ ਅਗਲਾ ਕੋਈ ਹੋਰ ਵੀ ਗੱਡੀ ਕਰ ਸਕਦਾ ਫਿਰ ਥਾਂ ਜ਼ਿਆਦਾ ਘੇਰਿਆ ਹੈ ਨਾ ਉੱਦੇ ਆਵਾ ਕੋਲੇ ਜਿਹੜਾ ਟਰੱਕ ਨਹੀਂ ਘੇਰ ਲੈਂਦਾ ਜਗ੍ਹਾ ਚਲੋ ਚੱਲੀਏ ਫੇ ਆਪਾਂ ਹੁਣ ਜੇ ਚਾਹ ਪੀ ਕੇ ਆਉਨੇ ਭਾਜੀ ਤੋਂ ਤੁਹਾਨੂੰ ਪਤਾ ਚਾਹ ਤੋਂ ਬਿਨਾ ਚੱਲਦੀ ਨਾ ਗੱਡੀ ਬਾਬੇ ਉਹ ਗਾਣਾ ਹੌਲੀ ਕਰਦੇ ਓਏ ਮੈਨੂੰ ਕਾਪੀਰਾਈਟ ਆ ਕਲੇਮ ਆ ਜਾਣਾ ਓਏ ਨਾ ਕਰੋ ਬੰਦ ਕਰਦੇ ਨਹੀਂ ਕੀਤਾ ਕਰਤਾ ਹੌਲੀ 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 ਅੰਦਰ ਹੱਸਣ ਲੱਗ ਪੈਂਦੇ ਜਦੋਂ ਭਾਜੀ ਹੁਣੀ ਹੈ ਹੀ ਨਹੀਂ ਲੱਗਦਾ ਭਾਜੀ ਹੁਣੀ ਕਹਿ ਭਾਜੀ ਕੀ ਛੱਕੀ ਜਾਂਦੇ ਆ ਲਓ ਵੀ ਮਿੱਤਰੋ ਇੱਥੇ ਹੁਣ ਬਹਿੰਦੇ ਆ ਘੜੀ ਭਾਜੀ ਚਾਹ ਕਹਿ ਦਿਓ ਯਾਰ ਭਾਜੀ ਹੁਣੀ ਲੱਗੇ ਹੋਏ ਪਹਿਲੇ ਪੀਣ ਹੋਰ ਭਾਜੀ ਸੇਤਾ ਕਿਹਦਾ ਸਤਿ ਸ੍ਰੀ ਅਕਾਲ ਭਲਾ ਤੁਹਾਡੀ ਪਿਛਲਾ ਪਾਉਣਾ ਸੀਗਾ ਮੈਂ ਤੁਸੀਂ ਸਾਲਾ ਪਤਾ ਨਹੀਂ ਕਿੱਧਰ ਗਿਆ ਤੁਹਾਡੀ ਸਤਿ ਸ੍ਰੀ ਅਕਾਲ ਵਿੱਚ ਹੀ ਰਹਿ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਦਿਨਾਂ ਬਾਅਦ ਕੀ ਬਾਤ ਹੈ ਸਾਡਾ ਵੱਡਾ ਵੀ ਵੱਡਾ ਵੀਰ ਨਾ ਗਿਆ ਅੱਛਾ 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 ਨਹੀਂ ਚਲੋ ਵੱਡਾ ਅੱਛਾ ਕਿਹੜੀ ਮਤਲਬ ਕਹਿਣ ਦਾ ਕਿ ਧਰਤੀ ਨੂੰ ਭਾਗ ਲਾ ਰਹੇ ਜੇ ਅੱਛਾ ਜੀ ਅੱਗੋਂ ਆਵਾਜ਼ ਆਈ ਕਹਿੰਦੇ ਸਦਰ ਥਾਣੇ ਦੀ ਧਰਤੀ ਆ ਅੱਛਾ ਜੀ ਹਾਂਜੀ ਹਾਂਜੀ ਮਤਲਬ ਠੀਕ ਹੈ ਤੁਹਾਡੀ ਮਿੱਤਰਤਾ ਹੀ ਬਹੁਤ ਹੈਗੀ ਆ ਤੁਸੀਂ ਮੈਂ ਉੱਥੇ ਨਵੇੜਿਆ ਲੈ ਸਦਰ ਵੀ ਸਾਰੇ ਟੀਚਰ 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 ਤੇ ਮੈਂ ਕਿਹਾ ਸਦਰ ਫਿਰ ਤੁਹਾਡੇ ਕਰਕੇ ਗਏ ਆ ਤੁਹਾਨੂੰ ਫੋਨ ਕਰਕੇ ਮੇਰੀ ਜਾਨ ਆ ਤੂੰ ਮੇਰੀ ਜਾਨ ਆ ਇਹ ਭਾਜੀ ਹੈ ਨਾ ਉਦਾਂ ਬੜਾ ਉਦਾਂ ਲੱਗਦਾ ਇਦਾਂ ਕਿ ਹਾਂ ਬਈ ਕਿ ਬੜਾ ਭਾਜੀ ਮਤਲਬ ਕਿਆ ਕਹਿਣਾ ਤੋਂ ਭਾਵ ਕਿ ਦੁਕਾਨਦਾਰ ਹੋਊਗਾ ਭੈਣ ਉਹ ਅੱਧਾ ਪੰਜਾਬ ਤਾਂ ਜਾਣਦਾ ਹੈ ਜਿੱਥੇ ਮਰਜ਼ੀ ਫੋਨ ਕਰਾ ਲਓ ਭਾਜੀ ਚੰਗਾ ਕਹੋ ਚੰਗਾ ਸੁਣੋ ਕਿਆ ਬਾਤ ਠੀਕ ਹੈ ਨਾ ਜਦੋਂ ਆਪਾਂ ਨਿੱਕੇ ਹੁੰਦੇ ਸੀ ਨਾ ਹਾਂਜੀ ਮੇਰਾ ਵੀ ਇੱਕ ਜ਼ਿਲ੍ਹਾ ਗੁਰਦਾਸਪੁਰ ਹੈ ਹਾਂ ਇਹ ਤਾਂ ਸਾਰਿਆਂ ਨੂੰ ਪਤਾ ਹੈ ਹਾਂਜੀ ਠੀਕ ਹੈ ਨਾ ਜੰਮ ਤੇ ਪਲ ਸਾਰੀ ਜ਼ਿਲ੍ਹਾ ਗੁਰਦਾਸਪੁਰ ਦਾ ਆ ਠੀਕ ਹੈ ਤੇ ਮਹਾਰਾਜ ਨੇ ਭਾਗ ਲਏ ਜਲੰਧਰ 'ਚ ਆਏ ਹਾਂਜੀ ਜਲੰਧਰ 'ਚ ਆਏ ਹਾਂਜੀ ਅੱਗੋਂ ਤੁਹਾਡੇ ਵਰਗੇ ਜਿਹੜੇ ਚੰਗੇ ਮਿੱਤਰਾਂ ਦਾ ਸਾਥ ਮਿਲਿਆ ਕਿਆ ਬਾਤ ਹੈ ਅੱਜ ਪਰਮਾਤਮਾ ਨੇ ਭਾਗ ਲਏ ਤੇ ਆਪਾਂ ਇੱਥੇ ਤੱਕ ਪਹੁੰਚੇ ਭਾਜੀ ਉਹ ਵੀ ਦੱਸੋ ਨਾ ਕਿ ਉਧਰ ਬਲੌਗ 'ਚ ਕਹਿੰਦੇ ਕਿ ਕਿੱਦਾਂ ਉਹ 'ਚ ਕੀ ਸ਼ੁਰੂ ਤੋਂ ਕਿਹੜਾ ਕੰਮ ਕੀਤਾ ਜੀ ਮੈਂ ਬੜੀ ਗਰੀਬੀ 'ਚੋਂ ਲੰਘਿਆ ਮੈਂ ਨਹੀਂ ਮਤਲਬ ਕਿੱਥੋਂ ਕਿੱਥੇ ਤੱਕ ਪਹੁੰਚਿਆ ਅੱਜ ਵੀ ਕੀ ਕਹਿੰਦੇ ਆ ਕਿ ਮੈਂ ਆਪਣੇ ਆਪ ਨੂੰ ਉਹ ਹੀ ਸਮਝਦਾ ਹੈਗਾ ਆ ਨਹੀਂ ਉਹ ਤਾਂ ਗੱਲ ਸੋਨਾ ਪਾਉਣ ਦੀ ਨਹੀਂ ਹੁੰਦੀ ਗੱਲ ਬੰਦੇ ਦਾ ਜਿਹੜਾ ਦਿਮਾਗ ਹੈ ਨਾ ਉਹ ਵੀ ਠੰਡਾ ਹੀ ਰਹਿਣਾ ਚਾਹੀਦਾ ਆ ਬਿਲਕੁਲ ਗੱਲ ਸਹੀ ਆ ਦੇਖੋ ਜੀ ਮੈਂ ਮੈਨੂੰ ਮੈਨਾਂ ਦੱਸ ਰਿਹਾ ਸੀਗਾ ਮੇਰਾ ਕਿ ਤੁਹਾਨੂੰ ਦਿਮਾਗ ਕਦੇ ਕਦੇ ਗਰਮ ਹੋ ਜਾਂਦਾ ਨਹੀਂ ਮੈਂ ਗੱਲ ਇਹ ਕਰਦਾ ਕਿ ਪਹਿਲਾਂ ਦੱਸਣ ਲੱਗਾ ਦੇਖੋ ਹਾਂਜੀ ਮੈਂ ਜਿੱਦਾਂ ਦੱਸਿਆ ਗੱਲ ਤੇ ਮੈਂ ਉਹ ਹੀ ਸ਼ੁਰੂ ਕਰਨੀ ਸੀਗੀ ਹਾਂਜੀ ਤੁਹਾਡਾ ਗੱਲ ਸ਼ੁਰੂ ਕਰਾਉਣ ਦਾ ਤਰੀਕਾ ਬੜਾ ਘੈਂਟ ਜਿਹਾ ਆ ਹਾਂਜੀ ਠੀਕ ਹੈ ਕਿ ਬੰਦਾ ਇੰਟਰੈਕਟ ਨਾ ਚੱਲੇ ਡਾਇਰੈਕਟ ਹੀ ਚੱਲੇ ਹਾਂਜੀ ਹਾਂਜੀ ਠੀਕ ਹੈ ਮੇਰਾ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਉੱਥੋਂ ਦਾ ਮੈਂ ਜੰਪਲ ਤੇ ਮੈਂ ਇੱਕ ਸਾਈਕਲਾਂ ਨੂੰ ਪੈਂਚਰ ਲਾਉਂਦਾ ਸੀ ਅੱਛਾ ਇਹ ਵੀ ਓਕੇ ਮੈਂ ਸ਼ਰਾਬ ਦੇ ਠੇਕੇ ਤੇ ਕਰਿੰਦਾ ਵੀ ਰਿਹਾ ਕਰਿੰਦੇ ਰਹੇ ਹੁਣ ਸ਼ਰਾਬ ਦੇ ਠੇਕੇ ਤੇ ਕਰਿੰਦੇ ਰਹੇ ਹੁਣ ਆਪ ਦੇ ਠੇਕੇ ਆਪ ਦੇ ਠੇਕੇ ਹੈਗੇ ਨੇ ਕੀ ਬਾਤ ਦੇਖੋ ਚੀਜ਼ਾਂ ਉਦੋਂ ਹੀ ਮਿਲਦੀਆਂ ਆ ਹਾਂਜੀ ਜਦੋਂ ਨਾ ਤੁਹਾਡੀ ਨੀਤ ਸਾਫ਼ ਹੋਵੇਗੀ
माड़ा कहो ते ना किसी दा माड़ा सुनो। मेरे उस्ताद ने यही कहा सी कि पहला किसी नूं कुछ कहना नहीं, ठीक है, जी करो हाथ जोड़ो, जे हाथ जोड़ के नहीं गल बनदी फिर बाबा ओही भाजी मेना तुहाडे नाल है। ते मैं सुनिया सारा तुहाडा इंस्टाग्राम भी सुनिया, बाकी सदर विच तुहाडियां फोन फोन ही जांदे, पर चलो बचा हो जांदा हमेशा, पता की आ जी परमात्मा ਉੱਥੋਂ ਤੱਕ ਸਾਡਾ ਫੋਨ ਪਹੁੰਚਾਵੇ ਹੀ ਨਾ, ਕਿਉਂਕਿ ਤੁਹਾਡੇ ਨਾਲ ਬੜੀਆਂ ਤਾਕਤਾਂ ਜੁੜੀਆਂ ਹੋਈਆਂ ਨੇ। ਤਾਕਤਾਂ ਹੁੰਦੀਆਂ ਪਬਲਿਕ ਦੀਆਂ, ਜੇ ਪਬਲਿਕ ਦੀਆਂ ਤਾਕਤਾਂ ਹੈਗੀਆਂ ਨੇ ਬਿਲਕੁਲ, ਤੇ ਅੱਜ ਜਿਹੜੀਆਂ ਸਰਕਾਰਾਂ ਵੀ ਚੱਲਦੀਆਂ ਨਾ ਪਬਲਿਕ ਹੀ ਚਲਾਉਂਦੀ, ਤੇ ਪਬਲਿਕ ਚਲਾਉਂਦੀ ਹੈ ਬਿਲਕੁਲ ਜੀ, ਪਬਲਿਕ ਹੀ ਬੰਦੇ ਨੂੰ ਤਾਂ ਚਲਾਉਂਦੀ ਆ ਤੇ ਉਹੀ ਥੱਲੇ ਸਕਦੀ ਬਿਲਕੁਲ, ਤੇ ਤੁਹਾਡੇ ਨਾਲ ਦੁਆਵਾਂ ਨੇ। ਕੀ ਬਾਤ ਹੈ ਜੀ, ਕੀ ਬਾਤ, ਠੀਕ ਹੈ ਨਾ ਬਿਲਕੁਲ ਜੀ। ਲੋਕੀ ਜਦੋਂ ਕਹਿੰਦੇ ਆ ਨਾ ਭਾਈ ਨਾਲ ਗੱਲ ਕਰਾ ਦਿਓ, ਮੈਂ ਪਾਸਪੋਰਟ ਆਫਿਸ ਸੀਗਾ, ਬਾਕੀ ਹੁਣ ਜੇ ਆਪਾਂ ਗੱਲ ਕਰੀਏ ਆਪਾਤਕਾਲ ਸਥਿਤੀ ਜੋ ਕਿ ਪੰਜਾਬ ਦੇ ਵਿੱਚ ਬੜੀ ਵੱਡੀ ਹੈ, ਆਪਾਤਕਾਲ ਸਥਿਤੀ ਸੀਗੀ ਬਿਲਕੁਲ, ਔਰ ਪੰਜਾਬ ਅਤੇ ਪੰਜਾਬੀਅਤ ਜਿੰਦਾ ਹੈ, ਜਿੰਦਾ ਰਹੇਗੀ ਬਿਲਕੁਲ। ਔਰ ਜੇ ਰਾਜਸਥਾਨ ਚ, ਜੰਮੂ ਕਸ਼ਮੀਰ ਚ, ਹਰਿਆਣੇ ਚ, ਦਿੱਲੀ ਚ ਕਿਤੇ ਕਦੀ ਕੋਈ ਆਪਾਤਕਾਲ ਸਥਿਤੀ ਆਈ ਹੈ ਤੇ ਸਭ ਤੋਂ ਪਹਿਲਾਂ ਪੰਜਾਬ ਦੇ ਤੁਹਾਡੇ ਅੱਗੇ ਗੱਭਰੂ ਸ਼ੇਰ ਜਵਾਨ ਸਿੱਖ ਕੌਮ ਦੇ ਨੌਜਵਾਨ ਇੱਥੇ ਪਹੁੰਚੇ ਨੇ ਬਿਲਕੁਲ ਬਿਲਕੁਲ। ਤੇ ਅੱਜ ਆਲੀ ਸ਼ੇਰਗਿੱਲ ਜੀ, ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ, ਮੇਰੇ ਭਰਾ ਜੇ ਤੁਸੀਂ, ਹਾਂਜੀ ਹਾਂਜੀ, ਅੱਜ ਜੇ ਪੰਜਾਬ ਤੇ ਔਖੀ ਪਹਾੜੀ ਬਣੀ ਆ, ਹਾਂਜੀ ਹਾਂਜੀ, ਤੇ ਮੈਨੂੰ ਦੱਸੋ ਕਿਹੜੇ ਸਟੇਟ ਨੇ ਆਣ ਕੇ ਇਹ ਕਿਹਾ ਆ ਅਸੀਂ ਪੰਜਾਬ ਦੇ ਨਾਲ ਖੜੇ ਆ। ਬਾਕੀ ਗਲਤੀ ਹੋ ਗਈ ਹੋਵੇ, ਨਵਾਣੇ ਨੇ ਤਾਂ ਕਦੀ ਗਲਤੀ ਕੀਤੀ, ਨਵਾਣੇ ਹੁਣ ਗੱਲਾਂ ਹੀ ਬੜੀਆਂ ਜ਼ਰਾ ਜ਼ਰਾ ਕਰਦੇ ਆ ਤੇ ਰੌਣਕਾਂ ਭਾਜੀ ਦੇ ਲੱਗੀਆਂ ਹੋਈਆਂ ਆ। ਤੇ ਪਹੁੰਚੇ ਤੁਸੀਂ ਵੀ ਜਿਹੜੀ ਕਮਿਊਨੀਕੇਸ਼ਨ ਮਾਡਲ ਟਾਊਨ, ਕੋਈ ਵੀ ਫੋਨ ਲੈਣਾ ਜਾਂ ਕੋਈ ਵੀ ਨਵਾਂ ਪੁਰਾਣਾ ਭਾਜੀ ਆਫਰ ਦਿੰਦੇ ਪੂਰੀ ਨਾਲ, ਨਵਾਂ ਪੁਰਾਣਾ ਕੋਈ ਵੀ ਫੋਨ ਲੈਣਾ, ਕੋਈ ਲੈਪਟਾਪ ਠੀਕ ਕਰਾਉਣਾ, ਜਦੋਂ ਮਰਜ਼ੀ ਆਓ। ਮੇਰੀ ਹੱਟੀ ਸਵੇਰੇ 8:30 ਵਜੇ ਖੁੱਲਦੀ ਹੈ, 9:30 ਵਜੇ ਬੰਦ ਹੁੰਦੀ ਹੈ। ਮਾਡਲ ਟਾਊਨ ਲਾਗੇ ਸ਼ਿਵਾਨੀ ਪਾਰਕ। ਕਈ ਸੱਜਣ ਕਹਿ ਦਿੰਦੇ ਆ ਕਿ ਅਸੀਂ ਬਲੌਗ ਦੇਖਿਆ, ਉਹਦਾ ਸਕਰੀਨਸ਼ਾਟ ਲਿਆ, ਉਹਦੇ 'ਚੋਂ ਨੰਬਰ ਲਿਆ। ਨੰਬਰ ਹੈ 9591208888। ਇਹ ਸਮਝ ਲਓ ਮੈਨੂੰ ਕਰ ਲਿਆ ਜਾਂ ਆਰ ਵੀ ਸ਼ੇਰਗਿੱਲ ਜੀ ਨੂੰ ਕਰ ਲਿਆ, ਇੱਕ ਹੀ ਗੱਲ ਹੈ। ਧੰਨਵਾਦ, ਸਹਿਬ ਸ਼ੁਕਰੀਆ। ਅਜੇ ਤੱਕ ਕਿਸੇ ਨੇ ਇਹ ਨਹੀਂ ਕਿਹਾ ਹੋਊਗਾ ਕਿ ਆਰ ਵੀ ਸ਼ੇਰਗਿੱਲ ਜੀ ਤੁਸੀਂ ਜਿੱਥੇ ਭੇਜਿਆ ਆ ਤੇ ਸਾਡਾ ਮਾਨ ਸਨਮਾਨ ਨਹੀਂ ਹੋਇਆ। ਇੱਕ ਵੀ ਬੰਦਾ ਕਹਿ ਦੇ ਤੇ ਮੈਂ ਜ਼ਿੰਮੇਵਾਰ ਹਾਂ। ਨਹੀਂ ਇਦਾਂ ਕਾਹਨੂੰ ਕਹਿਣਾ ਪਤਾ। ਧੰਨਵਾਦ ਜੀ, ਥੈਂਕ ਯੂ। ਤੁਹਾਨੂੰ ਕੀ ਕਹਿਣਾ ਨੰਦੂ? ਦੂਜੇ ਵਧੀਆ ਲੱਗਦੇ ਆ, ਇਹ ਤਾਂ ਉਹੀ ਚੀਜ਼ ਆ ਗਈ ਨਾ ਫੇਰ। ਕੋਈ ਮਿੱਤਰੋ ਫਿਰ ਦੱਸ ਦਿੰਦਾ, ਕੋਈ ਪੇਡ ਪ੍ਰਮੋਸ਼ਨ ਨਹੀਂ ਆ, ਕੋਈ ਕੁਛ ਨਹੀਂ ਗਾ। ਭਾਜੀ ਨਾਲ ਪਿਆਰ ਹੀ ਬਹੁਤ ਹੈ, ਉੱਦਾਂ ਹੀ ਆ ਜਾਈਦਾ, ਅਤੇ ਬਹੁਤ ਜ਼ਿਆਦਾ ਪਿਆਰ ਹੈ, ਮਜ਼ਾਕ ਦੀ ਗੱਲ ਨਹੀਂ, ਟੀਚਰ ਟਾਚਰ ਵੀ ਕਰ ਲਈਦੀ ਆ, ਅਤੇ ਹੋਰ ਕੋਈ ਕੁਛ ਭਾਜੀ ਨੂੰ ਕਦੀ ਕੁਛ ਕਹਿ ਨਹੀਂ ਸਕਦਾ, ਸਾਡੇ ਵਰਗਾ ਟੀਚਰ ਵੀ ਕਰ ਜਾਂਦਾ। ਗੋਲਡਨ ਯਾਰ ਬ੍ਰੋ, ਗੋਲਡਨ ਆਹ ਜੇ ਤੂੰ ਆਹ ਕਿਹੜਾ ਗੋਲਡਨ ਹੈ, ਆਹ ਵਾਲਾ ਗੋਲਡਨ ਹੈ ਪੂਰਾ, ਹਾਂ ਬਿਲਕੁਲ ਮਿਲੂਗਾ। ਨਹੀਂ ਹੈਗੇ ਯਾਰ, ਮੈਂ ਕਈਆਂ ਦੇ ਪਾਏ ਦੇਖੇ ਬਰੋ, ਗੋਲਡਨ ਹੈ ਹੀ ਨੀਗਾ ਨਾ, ਆਹ ਲੱਗਦਾ ਗੋਲਡਨ ਸੀ ਪਰ ਹੈ ਨਹੀਂ ਗਾ। ਅਜੀ ਗੋਲਡਨ ਚਾਹੀਦਾ ਬਿਲਕੁਲ। ਹੈਲੋ, ਲਾ ਕੇ ਦੇਖੀਏ।
ਲਾ ਕੇ ਦੇਖ ਮੈਂ 4 ਸਾਲ ਹੀ ਲਾਈ ਰੱਖਿਆ ਚਲੋ ਦੇਖਦੇ ਅਸੀਂ ਵੀ ਲਾ ਕੇ ਆ ਜਿਹੜਾ 골ਡਨ ਆ ਆ ਪਾ ਕੇ ਦੇਖਿਆ ਪਰ ਇਹ ਇੰਨਾ ਘੈਂਟ ਲੱਗਾ ਜਾਂ ਨਹੀਂ ਮੈਨੂੰ ਉਹ ਜੀ ਕਰਦਾ ਹਾਂ 골ਡਨ ਆ ਇੱਥੇ ਇੱਥੇ ਘੜੀ ਦੇ ਉੱਪਰ ਵੀ 골ਡ 골ਡ ਜਿਹਾ ਚੜ ਜਾਣਾ ਤੇ ਐਨ ਪੂਰਾ चोबर करू कुछ ना कुछ वड्डा होके करना ही पैना भाजी चोबर लभ के लिया पूरी बना ती घड़ी मिंटो मिंट लै सिरा लाते सिरा मुड़िया लापिया पूरा जिथे बह जाइए फिर रौनक लग जाती है ले लो रौनक दा भाई दी दुकान ते उदां बोला दी पर जदों पंखा साडा ही वधिया गिणत भाव नहीं नंदू आपां बैठे दगाह खोर आए आ वधिया गुड पंखा नहीं आ देखो ਗੱਡੀ ਦੇ ਚੱਕੇ ਐਨ ਚਮਕਦੇ ਹੁੰਦੇ ਕੀ ਹਾਲ ਬਣਿਆ ਹੋਇਆ ਇਹਨਾਂ ਦਾ ਧੋਣੇ ਆ ਜੇ ਕਿਸੇ ਹੋਰ ਨੇ ਪਾਏ ਹੋਣਾ ਨਾ 2.5 ਲੱਖ ਦੇ ਇਦਾਂ ਆਪਾਂ ਡੇਲੀ ਮਾਰੇ ਇਦਾਂ ਨਹੀਂ ਬਾਕੀ ਕੇ ਸਹੀ ਗੱਲ ਹੋਰ ਕੱਪੜਾ ਮਾਰਦੇ ਆ ਆਪਾਂ ਗਲਤੀ ਕਰਦੇ ਆ ਤਾਂ ਹੀ ਆਪਣੇ ਖਰਾਬ ਹੋ ਜਾਂਦੇ ਆ ਕਰੋਮ ਉਤਰ ਜਾਂਦੀ ਹੈ ਬਾਈ ਚਲ ਆ ਜਾ ਬੈਠੀ ਆ ਆਪਾਂ ਠੀਕ ਆ ਹੋਰ ਸੇਤਾ ਠੀਕ ਆ ਤੇਰੀਆਂ ਪੱਕੀ ਗੱਲ ਆ ਨਾ ਤੂੰ ਤਾਂ ਕੈਮਰਾ ਦੇ ਕੇ ਡਰਿਆ ਤਾਂ ਜਦੋਂ ਮੈਂ ਗਨ ਕੱਢ ਕੇ ਤੈਨੂੰ ਲੁੱਟਣ ਲੱਗਾ ਹੁੰਦਾ ਯਾਰ ਪਹਿਲਾਂ ਤੂੰ ਕਹਿੰਦਾ ਬਲੌਗ ਬਣਾਉਣ ਲੱਗਾ ਯਾਰ ਹੁਣ ਤੂੰ ਮੇਰੇ ਵੱਲ ਦੇਖਦਾ ਵੀ ਨਹੀਂ ਆਹ ਕਿਹੜੀ ਗੱਲ ਹੈ ਯਾਰ ਤੇਰੀ ਇਹਦਾ ਤੂੰ ਗੁੱਸਾ ਕਰ ਗਿਆ ਨਾ ਮੈਨੂੰ ਨਹੀਂ ਤੂੰ ਕਰ ਗਿਆ ਯਾਰ ਨਹੀਂ ਤੂੰ ਕਰ ਗਿਆ ਯਾਰ ਤੇ ਮੇਰਾ ਭਰਾ ਬੈਲ ਜਲਦੀ ਕਰਦੇ ਮੈਂ ਤਾਂ ਚੀਜ਼ਾਂ ਹੀ ਬੋਲ ਲਈਆਂ ਯਾਰ ਬਹੁਤ ਜ਼ਿਆਦਾ ਲੈ ਲਈਆਂ ਛੋਟੇ ਭਾਅ ਜਿੰਨੀਆਂ ਕੁ ਮੈਂ ਚੀਜ਼ਾਂ ਲਈਆਂ ਤਾਂ ਤੁਸੀਂ ਹੱਸੇ ਖੇਡੇ ਬਿੱਲ ਬਣਾ ਦੋ ਹੱਸਦੇ ਖੇਡਦੇ ਬਣਾ ਦੋ कैसे हो पंजाबी बोल दे किदां फिर सत श्री अकाल ठीक है चंगा पुत्त बाय घूम घुमा के आ गया पिंड फोलड़ी आल कहते फोलड़ी आल दी पहचान पढ़िया लिखिया हर इंसान नशे पत्ते तो रहत इलाका कहिंदा आवी देखणे नूं तूं वी मेरे हाणिया साढ़े पिंड मेला लगदा मेला कित्थे लगदा हाथ नवेले ठेके दे मूहरे लगता चलो ये तो पिंड पिंड की कहानी आ सारे पासे लगता बट ये तो गल ही बनी आ कि पक्के आले गोली पट च मार दे आ चलो हुण पहले घरे चलीए चाह पीए टाइम तो हो गया 58 ही हो गया मैनू तो घड़ी जवान तो रहन ही नहीं दिंदी है ना पहले मैं लगा गलत फिर मैं सही बोलता उदू बाद एक मिनट होर अगे हो गई चलो 9 बज गए कहने तो भाव ਨੰਦੂ
अपने पिंडा लहो की रहा है इन्ने के ज्यादा लुट्टा खोआ कि यार इनिया लुट्टा खोआ हद हो गई यार समा खराब चल रहा अपनी सेफ्टी क्यों रखो हालात पता नहीं किदा जा रहे जिथे बज गए कीड़े पैने थले तो कर ला तेरा हथियार रख ला तेरे को चलो गल सची ना मार दी निक्की मोटे झगड़े पिछे ना मार दी किसी ਗੱਡੀ ਵਿੱਚ ਪਤਾ ਕੀ ਚੱਕਰ ਆ ਤੂੰ ਰੱਖ ਤਾਂ ਲਏਗਾ ਜੇ ਪੁਲਿਸ ਵਾਲੇ ਆ ਇਹਨਾਂ ਚੀਜ਼ਾਂ ਤੋਂ ਵੀ ਰੋਕਦੇ ਆਪਾਂ ਨੂੰ ਨਹੀਂ ਉਹ ਤਾਂ ਫਿਕਰ ਹੋਈ ਵਾਲੀ ਰੋਕ ਲੈਣਗੇ ਤੁਹਾਨੂੰ ਫੋਨ ਕਰ ਦੂੰਗਾ ਨਹੀਂ ਨਹੀਂ ਗੱਲ ਉਹਦਾ ਕਰਨਾ ਆ ਚੀਜ਼ਾਂ ਤਾਂ ਅੱਜ ਕੱਲ੍ਹ ਰੱਖਣੀਆਂ ਚਾਹੀਦੀਆਂ ਯਾਰ ਆਪਣੀ ਸੇਫਟੀ ਲਈ ਆਪਣੀ ਸੇਫਟੀ ਲਈ ਯਾਰ ਹੁਣ ਚਾਚਾ ਪੈਂਦੇ ਆ ਬੰਦੇ ਚਲੋ ਗਨ ਤਾਂ ਹਰ ਕੋਈ ਰੱਖਦਾ ਪਰ ਆ ਵੀ ਚੀਜ਼ ਰੱਖਣੀ ਚਾਹੀਦੀ ਆ ਮੇਰੀ ਗੱਲ ਸੁਣੋ सही गल चाचा औखे टाइम वरत सकते ना बंदा अपनी जान तो प्यार तो कुछ नहीं इज्जत तो प्यार तो कुछ नहीं सियाणी की गल कहनी है कहिंदे जे गोली तां फिर गोली जमाना तेन पता अज कल शलारू शलारू जो फड़क करके हो जाए सही गल है ना अगे पता की चक्कर जोरी लड़ाई सतयुग का टाइम सी कलयुग का भी टाइम सी जो पहला ਘੋਰ ਕਾਲ ਯੁਗ ਦਾ ਟਾਈਮ ਚੱਲਣ ਡਿਆ ਨਾ ਜੋਰੀ ਲੜਾਈ ਸੀ ਤੁਸੀਂ ਬਾਜੂਆਂ ਸੱਤ ਲੜਦੇ ਹੁਣ ਹੈ ਜੀ ਗੋਲੀ ਲੜਾਈ ਹੁਣ ਕੋਈ ਭਾਵੇਂ ਚੰਗਾ ਕੋਈ ਮਾੜਾ ਭਾਵੇਂ 7 ਫੁੱਟ ਬੰਦਾ ਵੀ ਅਗਲਾ ਗੋਲੀ ਮਾਰ ਕੇ ਓ ਯਾਰ ਚਾਚਾ ਹੁਣ ਮੇਰੇ ਵਰਗਾ ਲਾ ਲਾ ਮੈਂ ਭਾਵੇਂ 6.5 ਫੁੱਟ ਦਾ ਯਾਰ ਤੈਨੂੰ ਕੋਈ ਆ ਨਿੱਕਾ ਜਿਹਾ 4 ਪੋਟੀਆ ਆ ਕੇ ਦੂਰੋਂ ਹੀ ਫੜਕ ਫੜਕ ਕਰ ਦੇਵੇ ਕੀ ਫਾਇਦਾ ਕੁਛ ਵੀ ਨਹੀਂ ਹਾਂ ਤਾਂ ਸੇਫਟੀ ਕੋਈ ਨਹੀਂ ਕੋਈ ਸੇਫਟੀ ਨਹੀਂ ਚਾਚਾ ਕੋਈ ਸੇਫਟੀ ਨਹੀਂ ਆਪਾਂ ਸੇਫ ਹੀ ਨਹੀਂ ਗਏ ਬਿਲਕੁਲ ਯਾਰ ਬਹੁਤ ਆ ਗਿਆ ਇੱਧਰ ਨੂੰ ਤੇ ਉਹ ਨਿਆਣੇ ਨਿਆਣੇ ਉਹ ਕੱਟੇ ਚੱਕੀ ਫਿਰਦੇ ਆ गाटा ला के सारी चूंडी जी वट गया हथियार मारिया बहा जा जोर मारिया नंदू शाह जी गल तो चलो सची आ पर हुण चक्कर यही आ के जे तुसी नंगी कृपाना ही फड़े जाने ना अजकल ਬਹੁਤ ਪੁੱਛ ਗਿਆ ਜੁੰਦੀ ਗੱਡੀ ਰੋਕ ਕੇ ਹੈ ਨਾ ਚਾਚਾ ਇਹਦੇ ਬਾਰੇ ਵੀ ਬਹੁਤ ਪੁੱਛ ਗਿਆ ਜੁੰਦੀ ਆਪਣੇ ਵਰਗਿਆਂ ਨੂੰ ਕੋਈ ਸੇਫਟੀ ਸਾਡੇ ਆਮ ਬੰਦੇ ਨੂੰ ਬਹੁਤ ਔਖਾ ਹੁੰਦਾ
ਉਹ ਮਾੜਾ ਵੈਪਨ ਲੈ ਕੇ ਚੱਲ ਜਾਵੇ, ਕੋਈ ਹਥਿਆਰ ਲੈ ਕੇ ਚੱਲ ਜਾਵੇ, ਕੋਈ ਕਿਰਪਾਨ ਲੈ ਜਾਵੇ, ਉਹਨੂੰ ਪੁੱਛ ਕੇ ਸੁਣਦੀ ਗੱਲ ਆ। ਏਦਾਂ ਦਾ ਹਥਿਆਰ ਵੀ ਨੀ ਰੱਖ ਸਕਦੇ ਇਹ ਤਾਂ। ਪਰ ਇਹ ਅਸੀਂ ਆਪਾਂ ਤਾਂ ਨੀ ਚਾਚਾ ਆਪਾਂ ਕਿਹੜਾ ਕਿਸੇ ਨਾਲ ਲੜਨ, ਪਰ ਗੱਲ ਇਹ ਆ ਕਿ ਸਾਲੇ ਅੱਜ ਕੱਲ੍ਹ ਬੰਦੇ ਬਹੁਤ ਪੈਣ ਦਾ ਸਹੀ ਗੱਲ ਹੈ, ਸਹੀ ਗੱਲ ਹੈ, ਉਹੀ ਤਾਂ ਗੱਲ ਹੈ ਚਾਚਾ।